ਨਸ਼ੀਲੇ ਪਦਾਰਥਾਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਨਸ਼ਿਆਂ ਦੀ ਦੁਰਵਰਤੋਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦਾ ਸਮਰਥਨ ਕਰਕੇ ਸਖ਼ਤ ਕਦਮਾਂ ਦੀ ਪੈਰਵੀ ਕਰਨ ਦੇ ਨਾਲ ਨਾਲ ਸਫਲ ਯਤਨਾਂ ਸੰਗ ਲੋਕਾਂ ਨੂੰ ਇੱਕਜੁੱਟ ਹੋ ਕੇ ਇਸ ਲੜਾਈ ਨਾਲ ਲੜਨ ਦੀ ਅਪੀਲ ਕੀਤੀ ਗਈ। ਸਾਡੇ ਪੰਜਾਬ ਦੇ ਵਿੱਚ 2 ਸਾਲ ਹੋ ਗਏ ਨੇ ਜਦ ਤੋਂ ਅਸੀਂ ਇਹ ਨਸ਼ਿਆਂ ਦੇ ਖਿਲਾਫ ਅਸੀਂ ਇੱਕ ਮੁਹਿੰਮ ਚਲਾਈ ਹੋਈ ਹੈ ਔਰ ਅੱਜ 30,000 ਦੇ ਕਰੀਬ ਜਿਹੜੇ ਇਹਦੇ ਵਿੱਚ ਆਪਣਾ ਨਸ਼ੇ ਵੇਚਦੇ ਸੀ ਉਹ ਅੱਜ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਨੇ। ਕੋਸ਼ਿਸ਼ ਬੜੀ ਕੀਤੀ ਹੈ ਇਸ ਚੀਜ਼ ਨੂੰ ਹੋਰ ਕਾਬੂ ਕਰਨ ਦੀ ਔਰ ਤੁਹਾਡੀ ਲੋੜ ਪਏਗੀ, ਸਾਰਿਆਂ ਦੀ ਲੋੜ ਪਊਗੀ ਪੰਜਾਬੀਆਂ ਦੀ ਕਿ ਇਸ ਨੂੰ ਅੱਗੇ ਵਧਾਉਣ ਵਾਸਤੇ ਆਪਾਂ ਨੂੰ ਹੋਰ ਕਦਮ ਚੱਕਣੇ ਪੈਣਗੇ। ਕਈ ਪਿੰਡ ਨੇ ਜਿੱਥੇ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਲੋਕਾਂ ਨੂੰ ਬਾਹਰ ਕੱਢ ਰਹੇ ਜਿਹੜੇ ਇੱਥੇ ਨਸ਼ੇ ਵਾਲੇ ਵੜਦੇ ਨੇ, ਅਗਰ ਅਸੀਂ ਇਸ ਗੱਲ ਨੂੰ ਬਿਲਕੁਲ ਹੀ ਖਤਮ ਕਰਨਾ ਹੈ। ਸਾਡੇ ਜਿਹੜੇ ਮੁਹਿੰਮ ਚਲਾਈ ਹੈ ਉਹਦੇ ਵਿੱਚ 60,000 ਤਾਂ ਸਾਡੇ ਓਟਸ ਕਲੀਨਿਕਸ ਦੇ ਵਿੱਚ ਸਾਡੇ ਬੱਚੇ ਜਿਹੜੇ ਇਹਦੇ ਵਿੱਚ ਫਸੇ ਹੋਏ ਨੇ ਇਹ ਨਸ਼ਿਆਂ ਵਿੱਚ ਉਹ ਆਏ ਨੇ। ਹੋਰ ਚੀਜ਼ਾਂ ਨੇ ਜਿਹੜੀਆਂ ਅਡਿਕਸ਼ਨ ਡੀ ਅਡਿਕਸ਼ਨ ਸੈਂਟਰਸ ਦੇ ਵਿੱਚ ਵੀ ਸਾਡੇ ਲੋਕ ਆਉਂਦੇ ਰਹੇ ਨੇ। ਇਹ ਜਿਹੜਾ ਬਾਡੀ ਪ੍ਰੋਗਰਾਮ ਚਲਾਇਆ ਸੀ ਉਹ ਵੀ ਅੱਛੀ ਤਰ੍ਹਾਂ ਚੱਲ ਰਿਹਾ, ਲੇਕਿਨ ਇਹਦੇ ਬਾਵਜੂਦ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਹੁਣ ਇਹ ਮੌਕਾ ਮਿਲਿਆ ਆਪਾਂ ਨੂੰ ਕਿ ਆਪਾਂ ਸਾਰੇ ਰਲ ਕੇ ਇੱਕ ਹਮਲਾ ਮਾਰੀਏ ਔਰ ਇਹ ਨਸ਼ਿਆਂ ਨੂੰ ਇੱਕ ਵਾਰ ਪੰਜਾਬ ਤੋਂ ਆਪਾਂ ਚੰਗੀ ਤਰ੍ਹਾਂ ਕੱਢ ਕੇ ਬਾਹਰ